ਦੋਸਤੋ ਆਹ ਲਓ ਕਨੇਡਾ ਦੇ ਨਜ਼ਾਰੇ ਲਓ। ਜੰਗਲ 'ਚੋਂ ਜਾ ਰਿਹਾ ਮੈਂ, ਅੱਗੇ ਬੀਚ ਹੈ ਬਹੁਤ ਵਧੀਆ, ਆ ਸਾਰਾ ਜੰਗਲੀ ਰਸਤਾ। ਚਲੋ ਦਿਖਾਉਂਦੇ ਹਾਂ ਅੱਗੇ ਤੁਹਾਨੂੰ, ਦੇਖਦੇ ਹਾਂ ਕਿੰਨੀ ਕੁ ਦੂਰ ਹੈਗਾ ਬੀਚ। ਬਹੁਤ ਵਧੀਆ ਗ੍ਰੀਨਰੀ, ਕਿੰਨੇ ਉੱਚੇ ਉੱਚੇ ਪੇੜ ਦੇਖੋ। ਧੁੱਪ ਚੜ੍ਹੀ ਪਈ ਅੱਜ, ਮੌਸਮ ਵਧੀਆ। ਝਰਨਾ ਬਹਿ ਰਿਹਾ, ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਸੋਹਣੀਆਂ ਸੋਹਣੀਆਂ। ਅੱਜ ਸੋਚਿਆ ਸੀ ਕਿ ਪੈਦਲ ਹੀ ਚੱਕਰ ਲਾਈਏ, ਇੱਕ ਦੇਖੀਏ ਨਜ਼ਦੀਕ ਬੀਚ ਸੀਗਾ। ਲਿਖਿਆ ਬੀਚ ਬਾਰੇ ਵੀ, ਚਲੋ ਅੱਗੇ ਜਾ ਕੇ ਦਿਖਾਉਂਦਾ ਮੈਂ ਬੀਚ ਨਾ ਤੁਹਾਨੂੰ। ਆਹ ਦੇਖੋ ਕਿੱਡੇ ਉੱਚੇ ਉੱਚੇ ਪੇੜ, ਆਹ ਦੇਖੋ ਕੋਈ ਅੰਤ ਹੀ ਨਹੀਂ ਪੇੜਾਂ ਦਾ। ਇਸ ਰਸਤੇ 'ਚੋਂ ਆਇਆ ਮੈਂ, ਚਲੋ ਚਲੀਏ ਬੀਚ 'ਤੇ। ਸੈਲਾਨੀ ਆ ਰਹੇ, ਆਹ ਪਾਰਕਿੰਗ ਲੋਟ ਹੈ, ਪਾਰਕਿੰਗ 'ਚ ਗੱਡੀਆਂ ਲੱਗੀਆਂ। ਕੱਲ੍ਹ ਇੱਥੇ ਲਿਆ ਕੇ ਗੱਡੀ ਲਾਊਂਗਾ ਮੈਂ, ਅੱਜ ਤਾਂ ਮੈਂ ਪੈਦਲ ਰਸਤੇ ਤੋਂ ਹੀ ਆ ਗਿਆ। ਦੇਖਦੇ ਹਾਂ ਹੁਣ ਸਿਸਟਮ ਕੀ ਇੱਥੇ ਪਾਰਕਿੰਗ ਦਾ। ਇੱਧਰੋਂ ਆਉਣੀ ਹੈ ਪਾਰਕਿੰਗ ਰਸਤਾ, ਇਹ ਵਾਸ਼ਰੂਮ ਬਣਿਆ ਹੋਇਆ। ਚਲੋ ਅੱਗੇ ਜਾ ਕੇ ਦਿਖਾਉਂਦਾ ਤੁਹਾਨੂੰ।